ਹੇ ਗਾਈਸ ਵੈਲਕਮ ਬੈਕ ਟੂ ਮਾਈ ਚੈਨਲ। ਸੋ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਵੈਲਕਮ ਕਰਦਾ ਹਾਂ। ਵੀਡੀਓ ਜ਼ਿਆਦਾ ਖਾਸ ਆ ਕਿਉਂਕਿ ਮੈਂ ਅੱਜ ਕਾਫੀ ਟਾਈਮ ਬਾਅਦ ਪਿੰਡ ਆਪਣੇ ਆਇਆ ਸੀਗਾ ਅਤੇ ਮੈਂ ਸੋਚਿਆ ਆਪਣੇ ਆ ਪਿੰਡ ਦੀ ਵੈਸੇ ਗਰਾਊਂਡ ਆ ਅਤੇ ਮੈਂ ਸੋਚਿਆ ਕਿਉਂ ਨਾ ਪਹਿਲਾਂ ਬਲੌਗ ਸ਼ੂਟ ਕੀਤਾ ਜਾਵੇ ਪਿੰਡ ਦੇ ਕੁਛ ਬੰਦਿਆਂ ਨਾਲ ਅਤੇ ਕੁਛ ਜਗ੍ਹਾ ਨਾਲ ਅਤੇ ਕੁਛ ਚੀਜ਼ਾਂ ਦਿਖਾਈਆਂ ਜਾਣ ਤੁਹਾਨੂੰ ਪਿੰਡ ਦੀਆਂ ਅਤੇ ਜਿੰਨਾ ਕੁ ਹੋ ਸਕਿਆ ਮੈਂ ਤੁਹਾਨੂੰ ਦੱਸੂਗਾ। ਅਤੇ ਬਾਕੀ ਲਾਈਟਿੰਗ ਵਗੈਰਾ ਠੀਕ ਆ ਅਤੇ ਮੇਰਾ ਫੋਨ ਖਰਾਬ ਹੋ ਗਿਆ ਸੀ ਕਾਫੀ ਟਾਈਮ ਬਾਅਦ। ਮੈਂ ਹੁਣ ਫੋਨ ਦਾ ਥੋੜ੍ਹਾ ਜਿਹਾ ਰਿਪੇਅਰਿੰਗ ਕਰਾਈ ਆ ਅਤੇ ਹੁਣ ਮੈਂ ਬਲੌਗ ਸ਼ੂਟ ਕਰਨ ਲੱਗਾ ਅਤੇ ਇਸ ਕਰਕੇ ਬਲੌਗ ਲੇਟ ਆਉਣ ਲੱਗ ਪਏ ਸੀਗੇ। ਬਾਕੀ ਦੋਸਤੋ ਜਿਹੜੀ ਵੀਡੀਓਸ ਨੂੰ ਪਿਆਰ ਦਿੱਤਾ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਮੈਨੂੰ, ਅੱਗੇ ਮੋਟੀਵੇਸ਼ਨ ਮਿਲੀ ਆ ਵਧਣ ਦੀ। ਵੀ ਚਲੋ ਨਹੀਂ ਵੀ ਬਲੌਗ ਬਣਾਉਂਦਾ ਸੀ ਤਾਂ ਵੀ ਕਾਫੀ ਸਾਰੇ ਵਿਊ ਆਏ, ਮੂਸੇ ਵਾਲੀ ਨੂੰ ਜ਼ਿਆਦਾ ਰਿਸਪੋਂਸ ਮਿਲਿਆ ਅਤੇ ਇੱਦਾਂ ਹੀ ਫਾਈਨਲੀ ਤੁਹਾਡੇ ਲਈ ਮਿਹਨਤ ਕਰਦਾ ਰਹੂੰਗਾ ਅਤੇ ਹੁਣ ਕਾਫੀ ਕੁਛ ਸਿੱਖਣ ਨੂੰ ਵੀ ਮਿਲਿਆ। ਅਤੇ ਪਿੱਛੇ ਆ ਮੇਰੇ ਖੇਡ ਰਹੇ ਨੇ ਪਿੰਡ ਦੇ ਹੀ ਆਏ ਬੰਦੇ, ਮੁੰਡੇ ਆਪਣੇ ਸੱਜਣ ਮਿੱਤਰ ਸਾਰੇ ਇੱਥੇ ਆਉਂਦੇ ਆ ਅਤੇ ਮੈਂ ਤਾਂ ਬਹੁਤ ਘੱਟ ਆਉਂਦਾ ਸੀ ਕਿਉਂਕਿ ਆਪਾਂ ਨੂੰ ਬਹੁਤਾ ਚਾਅ ਨਹੀਂ ਹੁੰਦਾ ਸੀ ਨਾ ਕ੍ਰਿਕਟ ਨਾ ਆਹ ਫੁੱਟਬਾਲ ਦਾ, ਅਤੇ ਜਿੰਨਾ ਕੁ ਖੇਡਿਆ ਛੋਟੇ ਹੁੰਦੇ ਹੀ ਖੇਡਿਆ, ਉਸ ਤੋਂ ਬਾਅਦ 'ਚ ਚਾਅ ਚੂ ਖਤਮ ਹੋ ਗਏ, ਕੰਮਾਂ ਕਾਰਾਂ 'ਚ ਪੈ ਗਏ। ਅਤੇ ਬਾਕੀ ਇੱਕੋ ਸ਼ੌਂਕ ਸੀਗਾ ਵੀਡੀਓ ਬਣਾਉਣੀ ਆ ਅਤੇ ਉਹੀ ਆਪਣਾ ਸ਼ੌਂਕ ਲੈ ਕੇ ਚੱਲੇ ਹਾਂ। ਅਤੇ ਬਾਕੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਕੁਛ ਨਾ ਕੁਛ ਖਾਸ ਜ਼ਰੂਰ ਦਿਖਾਊਂਗਾ ਅਤੇ ਹੋਰ ਤਾਂ ਫੋਨ ਦੀ ਰਿਪੇਅਰਿੰਗ ਕਰਕੇ ਮੈਂ ਥੋੜ੍ਹਾ ਜਿਹਾ ਵਲੌਗ ਨਹੀਂ ਸ਼ੂਟ ਕਰ ਰਿਹਾ ਸੀਗਾ। ਅਤੇ ਬਾਕੀ ਤੁਸੀਂ ਆਲੇ ਦੁਆਲੇ ਦਾ ਮਾਹੌਲ ਦੇਖ ਸਕਦੇ ਹੋ, ਆਹ ਹੈਗੀ ਸਾਡੇ ਪਿੰਡ ਦੀ ਗਰਾਊਂਡ। ਅਤੇ ਬਾਕੀ ਐਕਸਰਸਾਈਜ਼ ਵਗੈਰਾ ਵੀ ਮੈਂ ਇੱਥੇ ਕਰਨ ਆਉਂਦਾ ਸੀਗਾ ਅਤੇ ਐਕਸਰਸਾਈਜ਼ ਆਪਣੇ ਦੋਸਤਾਂ ਮਿੱਤਰਾਂ ਨਾਲ ਆਉਂਦਾ ਸੀ ਕਰਨ, ਅਤੇ ਇਸ ਕਰਕੇ ਹੁਣ ਛੱਡ ਦਿੱਤਾ ਸਭ ਕੁਝ, ਪਿੰਡੋਂ ਬਾਹਰ ਰਹੀਦਾ ਆ ਅਤੇ ਤੁਹਾਨੂੰ ਪਤਾ ਕੰਮ ਕਾਰਾਂ ਦੇ ਚੱਕਰ ਦੇ ਵਿੱਚ ਉਹ ਜੋਬ ਵੀ ਜ਼ਰੂਰੀ ਹੈ ਅਤੇ ਉਹਦੇ ਨਾਲ ਹੀ ਸਾਰਾ ਕੁਛ ਆ ਨਾ, ਅਤੇ ਵਲੌਗਿੰਗ ਆਪਾਂ ਕਰੀ ਜਾਂਦੇ ਆਪਣਾ ਸ਼ੌਂਕ ਨਾਲ ਨਾਲ। ਅਤੇ ਬਾਕੀ ਹੋਰ ਤੁਹਾਨੂੰ ਬੰਦਿਆਂ ਨਾਲ ਮਿਲਾਉਂਦਾ ਜਿਹੜੇ ਜਿਹੜੇ ਵਲੌਗ 'ਚ ਆਉਣਾ ਚਾਹੁੰਦੇ ਆ, ਮੀਨਸ ਮੈਨੂੰ ਕਹਿ ਰਹੇ ਸੀਗੇ ਕਹਿੰਦੇ ਵਲੌਗ ਦੇ ਵਿੱਚ ਆਵਾਂਗੇ, ਅਤੇ ਤੁਹਾਨੂੰ ਜਾ ਕੇ ਦਿਖਾਉਂਦਾ ਨਾਲੇ ਫੁੱਟਬਾਲ ਖੇਡਦੇ ਹੋਏ ਦਿਖਾਉਂਦਾ ਤੁਹਾਨੂੰ ਸਾਰੇ। ਲਓ ਜੀ ਆਹ ਸਾਡੇ ਪਿੰਡ ਦੇ ਮੁੰਡੇ ਜਿਹੜੇ ਫੁੱਟਬਾਲ ਇੱਕ ਦੂਜੇ ਨੂੰ ਸਿਖਾ ਰਹੇ ਨੇ ਪਰ ਆਪ ਨੂੰ ਕਿਸੇ ਨੂੰ ਆ ਨਹੀਂ ਰਹੇ। ਉਹ ਦੇਖ ਲਾ ਜਾਣ ਦੋ ਫੁੱਟਬਾਲ ਤਿੰਨ ਫੁੱਟਬਾਲ ਬੰਦੇ ਵੀ ਕਿੰਨੇ ਆ, ਤਿੰਨ ਨਹੀਂ ਚਾਰ ਫੁੱਟਬਾਲ, ਚਾਰ ਚਾਰ ਬੰਦੇ ਚਾਰ ਫੁੱਟਬਾਲ ਹੈ। ਚਲੋ ਇਹਨਾਂ ਨੂੰ ਖੇਡੀ ਜਾਣ ਦਿਓ, ਇਹ ਆਪਣਾ ਖੇਡਣ 'ਚ ਵਿਅਸਤ, ਆਪਾਂ ਹੋਰ ਜਾਣੇ ਨਾਲ ਵਲੌਗ ਸ਼ੂਟ ਕਰਦੇ ਹਾਂ ਜਿਹੜੇ ਜਿਹੜੇ ਪਹੁੰਚ ਰਹੇ ਨੇ ਇੱਥੇ। ਅਤੇ ਚਲੋ 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 ਅੱਗੇ ਵਲੌਗ ਵਧਾਉਂਦੇ ਹਾਂ। ਲਓ ਜੀ ਸਾਡੇ ਪਿੰਡ ਦੇ ਮਹਾਨ ਸੁਪਰ ਸਟਾਰ ਕੌਮੇਡੀ ਸਟਾਰ ਆ ਦੇਖੋ ਆ ਕੇ ਖੜ੍ਹੇ ਹੋਏ ਆ ਅਤੇ ਇਸ ਲੋਕੇਸ਼ਨ 'ਤੇ ਆ ਗਏ ਆਪਾਂ ਗਰਾਊਂਡ ਨੂੰ ਛੱਡ ਗਏ ਅਤੇ ਕਿਉਂਕਿ ਕੋਈ ਵੀਡੀਓ ਸ਼ੂਟ ਕਰਨੀ ਸੀ ਆਪਾਂ, ਅਤੇ ਆਹ ਆਪਣਾ ਮਾਹੌਲ ਆ ਕੁਛ ਵਧੀਆ ਜੋ ਲੋਕੇਸ਼ਨ ਆਪਾਂ ਲੱਭੀ ਆ ਅਤੇ ਆਹ ਮੁੰਡੇ ਨਾਲ ਆਪਣੇ ਇਹ ਵੀ ਯਾਰ ਵੀਡੀਓ ਬਣਾਉਂਦੇ ਬੜੀ ਮਿਹਨਤ ਕਰਦੇ ਆ ਆਪਣੀ, ਅਤੇ ਵੀਡੀਓ ਸ਼ੂਟ ਕਰਾਂਗੇ ਅਤੇ ਅੱਗੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਦਾ ਕੀ ਹੁੰਦਾ ਆ ਅਤੇ ਨਾਲ ਤੁਹਾਨੂੰ ਬਿਹਾਈਂਡ ਦਾ ਸੀਨ ਜ਼ਰੂਰ ਦਿਖਾ ਦਿੰਦੇ ਹਾਂ। ਕੋਈ ਛੋਟਾ ਜਿਹਾ ਸ਼ੋਟ ਲੈਣਾ ਸੀਗਾ ਬਸ, ਮੈਂ ਕਿਹਾ ਚਲੋ ਮੁੰਡਿਆਂ ਨਾਲ ਲੈ ਲੈਂਦੇ ਹਾਂ ਅਤੇ ਬਾਕੀ ਇਹਨੂੰ ਪੁੱਛ ਲੈਂਦੇ ਹਾਂ। ਹਾਂ ਵੀ ਤੇਰਾ ਕੀ ਹਾਲ ਆ, ਕਿਵੇਂ ਠੀਕ ਆ, ਲੋਕਾਂ ਦੀ ਮੱਝ ਕਾਲੀ ਹੁੰਦੀ ਇਹ ਪੂਰੀ ਕਿੱਦਾਂ ਹੋ ਗਈ, ਲਵਲੀ ਲਾਈ ਹੋਣੀ। ਹਾਂ ਦੇਖ ਕਿੰਨੀ ਪਿਆਰੀ ਹੈ ਨਾ ਛੇਲੀ। ਅਤੇ ਇਹ ਆਪਣੀ ਲੋਕੇਸ਼ਨ ਆ ਜਿੱਥੇ ਆਪਾਂ ਵਲੌਗ ਸ਼ੂਟ ਕਰਾਂਗੇ ਅਤੇ ਮੁੰਡਿਆਂ ਨੂੰ ਐਟਿੰਗ ਉਟਿੰਗ ਸਿਖਾ ਦਿੰਦੇ ਹਾਂ ਨਾਲ ਲੱਗਦੀ। ਅਤੇ ਚਲੋ ਵਲੌਗ ਦੇ ਵਿੱਚ ਅੱਗੇ ਵੱਧਦੇ ਹਾਂ ਅਤੇ ਬਿਹਾਈਂਡ ਦਾ ਸੀਨ ਤੁਹਾਨੂੰ ਜ਼ਰੂਰ ਦਿਖਾ ਦੂੰਗਾ ਨਾਲ ਨਾਲ। ਬਿਹਾਈਂਡ ਦਾ ਸੀਨ ਯਾਰ ਤੁਹਾਨੂੰ ਦਿਖਾਉਣ ਦਾ ਟਾਈਮ ਨਹੀਂ ਮਿਲਿਆ ਕਿਉਂਕਿ ਹਨੇਰਾ ਹੋ ਗਿਆ ਸੀਗਾ, ਆਪਾਂ ਸੋਚਿਆ ਹਨੇਰਾ ਹੋ ਜਾਣਾ ਸੀ ਮਤਲਬ, ਅਤੇ ਆਪਾਂ ਸੋਚਿਆ ਕਿਉਂ ਨਾ ਆਪਣਾ ਪਹਿਲਾਂ ਵੀਡੀਓ ਦਾ ਬਣਾ ਲਈਏ ਫਿਰ ਬਾਅਦ 'ਚ ਤੁਹਾਨੂੰ ਦੱਸਦੇ ਹਾਂ ਵੀ ਕੀ ਹੋਇਆ ਆਪਣੇ ਨਾਲ। ਅਤੇ ਕਾਫੀ ਇੰਟਰਸਟਿੰਗ ਵੀਡੀਓ ਬਣੀ ਆ, ਜਾ ਕੇ ਯੂਟਿਊਬ 'ਤੇ ਦੇਖ ਲਿਓ, ਥੋੜ੍ਹੇ ਟਾਈਮ ਬਾਅਦ ਆਜੂਗੀ ਤੁਹਾਡੇ ਕੋਲ ਮਤਲਬ ਇੱਕ ਦੋ ਦਿਨਾਂ ਤੱਕ। ਅਤੇ ਬਾਕੀ ਵੀਡੀਓ ਬਹੁਤ ਘੈਂਟ ਬਣੀ ਆ, ਫਨੀ ਆ, ਅਤੇ ਆਹ ਮੁੰਡੇ ਫਨੀ ਕੰਮ ਕਰਦੇ ਪਏ ਇਹਦਾ ਜਾ ਕੇ ਇੰਸਟਾਗ੍ਰਾਮ 'ਤੇ ਦੇਖਿਓ, ਮੈਂ ਪਾ ਦੂੰਗਾ ਤੁਹਾਨੂੰ ਡਿਸਕ੍ਰਿਪਸ਼ਨ 'ਚ ਲਿੰਕ। ਅਤੇ ਆਹ ਸਾਡਾ ਕੈਮਰਾਮੈਨ, ਕੈਮਰਾਮੈਨ ਕਿੱਥੇ ਆਇਆ ਹੈ। ਚਲੋ ਬਾਕੀ ਤੁਹਾਨੂੰ ਪਿੰਡ ਦਾ ਵਲੌਗ ਹੋਰ ਤੁਹਾਨੂੰ ਜ਼ਰੂਰ ਬਣਾ ਕੇ ਦਿਖਾਊਂਗਾ। ਅਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਵੀਡੀਓ ਵਧੀਆ ਲੱਗੇ ਵੀਡੀਓ ਕਰ ਦਿਓ ਲਾਈਕ ਐਂਡ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ।